ਬੀਤੇ ਦਿਨੀ ਪਟਿਆਲਾ ਦੇ ਵਿੱਚ ਹੋਈ ਹਿੰਸਾ ਨੂੰ ਲੈ ਕੇ ਪੁਲਿਸ ਦੇ ਵੱਲੋਂ ਦੋਨੋਂ ਧਿਰਾਂ ਦੇ ਜਿਹੜੇ ਕੀ ਆਗੂ ਨੇ ਉਹ ਗ੍ਰਿਫਤਾਰ ਕਰ ਲਏ ਨੇ ਮਾਸਟਰਮਾਈਂਡ ਕਿਹਾ ਜਾ ਰਿਹਾ ਭਾਈ ਬਰਜਿੰਦਰ ਸਿੰਘ ਪ੍ਰਵਾਨਾ ਨੂੰ ਉਹਨਾਂ ਨੂੰ ਵੀ ਅੱਜ ਪੁਲਿਸ ਦੇ ਵੱਲੋਂ ਮੁਹਾਲੀ ਤੋਂ ਜਿਹੜਾ ਕੀ ਅਰੈਸਟ ਆਫ ਕਰ ਲਿਆ ਗਿਆ ਤਾਂ ਉਹਨਾਂ ਦੀ ਧਰਮਪਤਨੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂ ਕਿਉਂਕਿ ਲਗਾਤਾਰ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਰਿਹਾ ਦੈਨਿਕ ਸਵੇਰਾ ਤੇ ਕਿਸ ਤਰੀਕੇ ਨਾਲ ਜਿਵੇਂ ਪਟਿਆਲਾ ਦੇ ਵਿੱਚ ਹਿੰਸਾ ਵਾਪਰਦੀ ਹੈ ਤਾਂ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਸਰਕਾਰ ਹਰਕਤ ਦੇ ਵਿੱਚ ਆਂਦੀ ਹੈ ਤਾਂ ਲਗਾਤਾਰ ਜਿਹੜੇ ਕੀ ਗ੍ਰਿਫਤਾਰੀਆਂ ਨੇ ਤਾਂ ਉਹਨਾਂ ਦੇ ਧਰਮ ਪਤਨੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭੈਣ ਜੀ ਕਿਵੇਂ ਦੇਖਦੇ ਹੋ ਬਲਜਿੰਦਰ ਸਿੰਘ ਪਰਮਾਨਾ ਜੀ ਉਹਨਾਂ ਦੀ ਜਿਹੜੀ ਕਿ ਅੱਜ ਅਰੈਸਟ ਹੈ ਮੋਹਾਲੀ ਤੋਂ ਹੋਈ ਹੈ ਪਟਿਆਲਾ ਦੇ ਵਿੱਚ ਹਿੰਸਾ ਕਿਸ ਤਰੀਕੇ ਨਾਲ ਵਾਪਰੀ ਜਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਕਿਉਂਕਿ ਪੂਰੇ ਪੰਜਾਬ ਦਾ ਜਿਹੜਾ ਕਿ ਮਾਹੌਲ ਉਹ ਖਰਾਬ ਹੋ ਗਿਆ ਹਾਂਜੀ ਵਾਹਿ ਪਹਿਲਾਂ ਤਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਮਾਹੌਲ ਜਿਹੜਾ ਖਰਾਬ ਹੋਇਆ ਸਾਨੂੰ ਲੱਗਦਾ ਨਹੀਂ ਸੀ ਹੈ ਵੀ ਇਦਾਂ ਦੀ ਹੋਏਗੀ ਪਰ ਇਹ ਬਹੁਤ ਮਦਭਗੀ ਘਟਨਾ ਹੋਈ ਹੈ ਕਿਉਂਕਿ ਪਰਵਾਨਾ ਜੀ ਸਿੱਖਾਂ ਨੂੰ ਤਾਂ ਪਿਆਰ ਕਰਦੇ ਹੀ ਕਰਦੇ ਸੀ ਉਹਨਾਂ ਦੇ ਨਾਲ-ਨਾਲ ਜਿਵੇਂ ਮੁਸਲਮਾਨ ਭਰਾ ਨੇ Hindu ਭਰਾ ਨੇ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦੇ ਸੀ ਜਿੰਨਾ ਮੈਂ ਉਹਨਾਂ ਨੂੰ ਜਾਣਦੀ ਆ ਕਦੇ ਉਹ ਜੀਤੋਂ ਬਗੈਰ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦੇ ਪਰ ਕਿਵੇਂ ਦੇਖਦੇ ਅੱਜ ਉਹਨਾਂ ਨੂੰ ਮੁਹਾਲੀ ਦੇ ਵਿੱਚੋਂ ਅਰੈਸਟ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਕਿ ਗ੍ਰਿਫਤਾਰੀ ਨੂੰ ਲੈ ਕਿਵੇਂ ਦੇਖਦੇ ਹੋ ਨਹੀਂ ਮੈਂ ਇਸ ਗ੍ਰਿਫਤਾਰੀ ਨੂੰ ਇਦਾਂ ਨਹੀਂ ਕਹਿੰਦੀ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਨਹੀਂ ਸੀ ਚਾਹੁੰਦੇ ਹੈਗੇ ਵੀ ਪੰਜਾਬ ਦਾ ਮਾਹੌਲ ਖਰਾਬ ਹੋਵੇ। ਉਹਦੇ ਲਈ ਮੈਨੂੰ ਇਹੀ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਆਪ ਹੀ ਸਲੰਡਰ ਕਰਤਾ ਕਿ ਇਹ ਮਾਹੌਲ ਅੱਗੇ ਜਾ ਕੇ ਖਰਾਬ ਨਾ ਹੋਵੇ। ਜਿਹੜੀ ਇਹ ਘਟਨਾ ਵਾਪਰੀ ਹੈ ਸਾਰਾ ਮਾਹੌਲ ਜਿਹੜਾ ਖਰਾਬ ਹੋਇਆ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਧਰਮ ਪਤਨੀ ਉਹਨਾਂ ਦੇ ਨਾਲ ਰਹਿੰਦੇ ਹੋ ਹਰ ਵੇਲੇ ਤਾਂ ਕਿਸ ਤਰ੍ਹਾਂ ਦੇਖੋ ਜਿਹੜਾ ਕਿ ਸਾਰਾ ਮਾਹੌਲ ਕਿਹੜਾ ਕਿ ਖਰਾਬ ਕੀਤਾ ਗਿਆ? ਕੀ ਲੱਗਦਾ ਕਿ ਕਿਉਂ ਹੋਇਆ ਮਾਹੌਲ ਖਰਾਬ? ਦੇਖੋ ਕਿਸੇ ਇੱਕ ਵਿਅਕਤੀ ਵੱਲੋਂ 22 ਤਰੀਕ ਨੂੰ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਏ ਜਿਹਦੇ ਰਾਹੀਂ ਕਹਿੰਦੇ ਉਕਸਾਇਆ ਜਾਂਦਾ ਹੈ ਨਾ ਉਸ ਦਾ ਜਵਾਬ ਪਰਵਾਨਾ ਜੀ ਨੇ ਜਾ ਕੇ ਐਸਐਸਪੀ ਸਾਹਿਬ ਕੋਲ ਜਾ ਕੇ ਰੈਂਡਮ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਇੱਕ ਵੀਡੀਓ ਆਪਣੇ ਵੱਲੋਂ ਪਾਈ ਹੈ ਵੀ ਭਾਈ ਸਾਹਿਬ ਤੁਸੀਂ ਐਦਾਂ ਨਾ ਕਰੋ ਉਹਦਾ ਜਵਾਬ ਦੇ ਵਿੱਚ ਦਿੱਤਾ ਮਗਰ ਪਹਿਲਾਂ ਕਿਸੇ ਨੇ ਉਕਸਾਇਆ ਤਾਂ ਜਵਾਬ ਦਿੱਤਾ ਇਹਦਾ ਇਹ ਨਹੀਂ ਹੈ ਵੀ ਪ੍ਰਸ਼ਾਸਨ ਅੱਜ ਇੱਕੋ ਦਮ ਇਹ ਕਹਿ ਦੇਵੇ ਅੱਜ ਗ੍ਰਿਫਤਾਰੀ ਹੋਈ ਤੇ ਪ੍ਰਸ਼ਾਸਨ ਨੇ ਅੱਜ ਹੀ ਇਹ ਡਿਕਲੇਅਰ ਕਰਤਾ ਕਿ ਉਹ ਮਾਸਟਰਮਾਈਂਡ ਹੈ ਇਕੋ ਦਿਨ ਦੇ ਵਿੱਚ ਮਾਸਟਰਮਾਈਂਡ ਨਹੀਂ ਕੋਈ ਵੀ ਬਣ ਜਾਂਦਾ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਮਾਸਟਰਮਾਈਂਡ ਨਹੀਂ ਹੈ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਵੀਡੀਓ ਉਹਨਾਂ ਦੀ ਵੀ ਵਾਇਰਲ ਹੋ ਰਹੀ ਹੈ ਚੈਨਲਾਂ ਤੇ ਵੀ ਚੱਲ ਰਹੀਆਂ ਨੇ ਜਿਦੇ ਵਿੱਚ ਪਰਵਾਨਾ ਜੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਗੁਰਦੁਆਰਾ ਦੁਖਨਵਾਰ ਸਾਹਿਬ ਪਹੁੰਚੋ ਇਕੱਠੇ ਹੋਵੋ ਅਸੀਂ ਜਿਹੜਾ ਕਿ ਇਹ ਖਾਲਸਤਾਨ ਵਿਰੋਧੀ ਮਾਰਚ ਆ ਉਹ ਨਹੀਂ ਕੱਢਣ ਦਵਾਂਗੇ ਕਿਉਂਕਿ ਲੋਕ ਇਕੱਠੇ ਤਾਂ ਕੀਤਾ ਹੀ ਗਿਆ ਲੋਕਾਂ ਨੂੰ ਤਾਂ ਬੁਲਾਇਆ ਹੀ ਗਿਆ ਸਨੇਹਾ ਤਾਂ ਲੱਗੇ ਹੀ ਹੈ ਪਰ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਸੀ ਵੀ ਅਗਰ ਮਾਰਚ ਨਹੀਂ ਨਿਕਲੇਗਾ ਤਾਂ ਪਰਵਾਨਾ ਜੀ ਸੰਗਤ ਦੇ ਨਾਲ ਗੁਰਦੁਆਰਾ ਸਾਹਿਬ ਪ੍ਰਕਰਮਾ ਦੇ ਵਿੱਚ ਹੀ ਬੈਠ ਕੇ ਜਾਪ ਕਰਨਗੇ ਤੇ ਉਦਾਂ ਹੀ ਉਹਨਾਂ ਨੇ ਕੀਤਾ ਉਹ ਸਾਰਾ ਦਿਨ ਉੱਥੇ ਹੀ ਬੈਠੇ ਰਹੇ ਨੇ ਜਾਪ ਕਰਦੇ ਰਹੇ ਨੇ ਕੁਝ ਹੋਰ ਵੀ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਈਆਂ ਸੀ ਪਰ ਬਾਹਰ ਕਿਵੇਂ ਮਾਹੌਲ ਖਰਾਬ ਹੋ ਗਿਆ ਜਥੇਬੰਦੀਆਂ ਵੱਲੋਂ ਵਾਕੀਆਂ ਵੱਲੋਂ ਕੀਤਾ ਗਿਆ ਇਹ ਕੁਝ ਸਮਝ ਨਹੀਂ ਆਈ ਹੈ ਕੋਈ ਜਥੇਬੰਦੀ ਜਾ ਰਹੀ ਸੀਗੀ ਤੇ ਦੂਸਰੀ ਪਾਰਟੀ ਵੱਲੋਂ ਹਮਲਾ ਕੀਤਾ ਗਿਆ ਪਰ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਹੀ ਰਿਹਾ ਹੈ ਦੇ ਮੈਂ ਤਾਂ ਸਾਰਾ ਦਿਨ ਇਹੀ ਦੇਖਦੇ ਰਹੀਆਂ ਕਿ ਪਰਵਾਨਾ ਜੀ ਤਾਂ ਪ੍ਰਕਰਮਾਂ ਦੇ ਵਿੱਚੋਂ ਬਾਹਰ ਗਏ ਨਹੀਂ ਹੈਗੇ ਜੋ ਵੀਡੀਓ ਅੱਜ ਦਿਖਾਈ ਜਾ ਰਹੀ ਹੈ ਉਹ ਇਹਨਾਂ ਨੇ ਪਹਿਲਾਂ ਤੋਂ ਚੁੱਕ ਕੇ ਉਹ ਲੈ ਕੇ ਵਾਰ-ਵਾਰ ਦਿਖਾਈ ਜਾ ਰਹੀ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਦੇਖਿਆ ਜਾ ਰਿਹਾ ਕਿ ਪਰਵਾਨਾ ਜੀ ਜਿਹੜੇ ਨੇ ਮੂੰਹ ਤੇ ਕੱਪੜਾ ਲਪੇਟ ਕੇ ਤਾਂ ਉਥੋਂ ਭਜਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਕਹਿੰਦੇ ਜਿਹੜੀ ਵੀਡੀਓ ਅੱਜ ਦਿਖਾ ਰਹੇ ਨੇ ਦਰਬਾਰ ਸਾਹਿਬ ਦੇ ਵਿੱਚ ਤਾਂ ਮੋਟਰਸਾਈਕਲ ਨਹੀਂ ਆ ਜਾਏਗਾ ਹੈਨਾ ਪ੍ਰਕਰਮਾਂ ਦੇ ਵਿੱਚ ਤਾਂ ਕੋਈ ਵੀ ਇਨਸਾਨ ਹੈ ਵੀ ਜਿਹੜਾ ਬਾਈਕ ਲੈ ਕੇ ਨਹੀਂ ਆ ਜਾਏਗਾ ਤੇ ਪਰਵਾਨਾ ਜੀ ਨੂੰ ਬਿਠਾ ਕੇ ਨਹੀਂ ਲੈ ਕੇ ਜਾਏਗਾ ਜਦੋਂ ਉੱਥੇ ਸਾਰਾ ਦਿਨ ਬੈਠ ਕੇ ਸੰਗਤ ਦੇ ਵਿੱਚ ਜਾਪ ਚੱਲ ਰਿਹਾ ਹੈ ਤੇ ਫਿਰ ਇਹ ਮਾੜੀ ਖਬਰ ਹੈ ਕਿ ਜਿਹੜੀ ਪਹਿਲਾਂ ਦੀ ਵੀਡੀਓ ਹੋਵੇ ਉਹਨੂੰ ਚੱਕ ਕੇ ਅਸੀਂ ਅੱਜ ਜੋੜ ਦਿੰਨੇ ਆ ਨਾਲ ਐਦਾਂ ਨਹੀਂ ਕਰਨਾ ਚਾਹੀਦਾ ਇਹਨੂੰ ਤੇ ਇੱਕ ਸਾਦੇਸ਼ ਹੀ ਕਿਹਾ ਜਾਏਗਾ ਪਰ ਕੁਝ ਸਮਾਂ ਪਹਿਲਾਂ ਵੀ ਉਹਨਾਂ ਦੇ ਅਜ ਤੱਕ ਦੀ तकरीबन 6 ਤੋਂ 7 ਮਹੀਨੇ ਪਹਿਲਾਂ ਵੀ ਉਹਨਾਂ ਤੇ ਦੰਗੇ ਭੜਕਾਉਣ ਨੂੰ ਲੈ ਕੇ ਜਿਹੜਾ ਕਿ ਮਾਮਲਾ ਦਰਜ ਹੈ ਉਹ ਕੀਤਾ ਜਾਂਦਾ ਹੈ ਤਾਂ ਅੱਜ ਵੀ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 4 ਦਿਨ ਦਾ ਰਮਾਨ ਵੀ ਮਿਲ ਗਿਆ ਇਸੀ ਚੀਜ਼ ਬਾਰੇ ਨਾ ਜਦੋਂ ਸਿਲੰਡਰ ਕਰਨ ਤੋਂ ਬਾਅਦ ਮੈਨੂੰ ਨਹੀਂ ਸੀ ਪਤਾ ਚੱਲਿਆ ਹੈ ਵੀ ਉਹਨਾਂ ਨੂੰ ਅਚਾਨਕ ਲਜਾ ਕੇ ਪੇਸ਼ ਵੀ ਕਰ ਦਿੱਤਾ ਜਾਏਗਾ ਪਰ ਮੈਂ ਇਸ ਟਾਈਮ ਆਪਣੇ ਵਕੀਲ ਸਾਹਿਬ ਘੁੰਮਣ ਬ੍ਰਦਰਸ ਨੇ ਉਹਨਾਂ ਤੋਂ ਟਾਈਮ ਲਿਆ ਹੋਇਆ ਹੈ ਤੇ ਉਹਨਾਂ ਨਾਲ ਟਾਈਮ ਲੈ ਕੇ ਜੋ ਵੀ ਗੱਲਬਾਤ ਉਹਨਾਂ ਨਾਲ ਹੋਏਗੀ ਉਹਦੇ ਮੁਤਾਬਿਕ ਮੈਂ ਉਹਨਾਂ ਨੂੰ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕਿ ਅੱਜ ਤੁਸੀਂ ਆਪਣੇ ਵਕੀਲ ਪੱਖ ਨੇ ਤੁਹਾਡਾ ਕੋਈ ਪੱਖ ਰੱਖਿਆ ਉੱਥੇ ਤੁਹਾਡੇ ਵੱਲੋਂ ਵਕੀਲ ਉੱਥੇ ਪਹੁੰਚੇ ਸੀ ਜਾਂ ਕਿ ਤੁਸੀਂ ਵਕੀਲਾਂ ਨਾਲ ਕੋਈ ਅਪਰੋਚ ਕੀਤੀ ਘੁਮਨ ਬ੍ਰਦਰ ਨਾਲ ਜਾਂ ਕਿਸੇ ਨਾਲ ਵੀ ਨਹੀਂ ਜੀ ਪਹਿਲਾਂ ਅੱਜ ਸਾਡੇ ਕੋਈ ਵਕੀਲ ਨਹੀਂ ਸੀ ਉੱਥੇ ਗਏ ਹੈਗੇ ਪਰ ਮੈਂ ਹੁਣ ਘੁਮਨ ਬ੍ਰਦਰਸ ਜੋ ਚੰਡੀਗੜ੍ਹ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਤੋਂ ਟਾਈਮ ਲਿਆ ਹੋਇਆ ਤੇ ਮੈਂ ਚਾਹਾਂਗੀ ਵੀ ਉਹ ਅੱਗੇ ਇਸ ਚੀਜ਼ ਨੂੰ ਦੇਖ ਰੇਖ ਕਰਨ ਤੇ ਮੇਰੀ ਨਾਲ ਖੜਨ ਬਾਕੀ ਪ੍ਰਸ਼ਾਸਨ ਜੇ ਮੈਨੂੰ ਲੱਗਿਆ ਤਾਂ ਮੈਂ ਹਾਈ ਕੋਰਟ ਤੱਕ ਕਾਨੂੰਨੀ ਕਾਰਵਾਈ ਜ਼ਰੂਰ ਲੜਾਂਗੀ ਜਿੱਥੋਂ ਤੱਕ ਵੀ ਹੋ ਸਕੇਗਾ ਇਹ ਕਾਨੂੰਨੀ ਕਾਰਵਾਈ ਲੜਾਂਗੀ ਕਿ ਕਾਨੂੰਨ ਸਾਨੂੰ ਇਨਸਾਫ ਦੇਵੇ ਪਹਿਲਾ ਵੀ ਉਹਨਾਂ ਤੇ ਦੰਗੇ ਭੜਕਾਉਣ ਨੂੰ ਲੈ ਕੇ ਜਿਵੇਂ ਤੁਹਾਨੂੰ ਪਹਿਲਾਂ ਤੋਂ ਦੱਸ ਚੁੱਕੇ ਮਾਮਲਾ ਜਿਹੜਾ ਕਿ ਉਹ ਦਰਜ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਿਵੇਂ ਤੁਸੀਂ ਗੱਲ ਕੀਤੀ ਤੁਹਾਡੇ ਐਡਵੋਕੇਟ ਘੁੰਮਣ ਬ੍ਰਦਰ ਨੇ ਕਿ ਸ਼ੁਰੂ ਤੋਂ ਜਿਹੜੇ ਕੇਸ ਨੇ ਪਰਵਾਨਾ ਜੀ ਦੇ ਉਹ ਇਹੀ ਲੜਦੇ ਆ ਰਹੇ ਨੇ ਹਾਂਜੀ ਜੋ ਪਹਿਲਾ ਕੇਸ ਸੀਗਾ ਉਹ ਵੀ ਘੁੰਮਣ ਬ੍ਰਦਰਸ ਨੇ ਹੀ ਦੇਖਿਆ ਸੀ ਉਹਨਾਂ ਨੇ ਹੀ ਇਹ ਦੇ ਵਿੱਚ ਪੈਰਵਾਈ ਕੀਤੀ ਸਾਰੀ ਕੀ ਲੱਗਦਾ ਕਿ ਹੁਣ ਜਿਹੜੇ ਐਡਵੋਕੇਟ ਨੇ ਕੁਮਨ ਬ੍ਰਦਰ ਉਹ ਇਸ ਕੇਸ ਦੇ ਵਿੱਚ ਆਪਣੀ ਦਿਲਚਸਪੀ ਦਿਖਾਨ ਕੇ ਕੇਸ ਲੜਨਗੇ ਕਿਉਂਕਿ ਪਹਿਲਾਂ ਤਾਂ ਕੱਲਾ આરોਪ ਲੱਗਾ ਸੀ ਪਰ ਹੁਣ ਤਾਂ આરોਪ ਸਾਬਤ ਵੀ ਤਕਰੀਬਨ ਹੋ ਚੁੱਕੇ ਨੇ ਕਿਉਂਕਿ ਜਿਹੜੇ ਆਈਜੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਾਸਟਰ ਮਾਈਂਡ ਨੇ ਭਾਈ ਪਰਮਾਨੰਦ ਜੀ ਦੇਖੋ ਅਜੇ ਅਸੀਂ ਕੁਮਨ ਬ੍ਰਦਰ ਸੋ ਟਾਈਮ ਲਿਆ ਤੇ ਜਿਵੇਂ ਗੱਲਬਾਤ ਹੋਏਗੀ ਉਸ ਦੇ ਅਕੋਰਡਿੰਗ ਹੀ ਪਤਾ ਚੱਲੇਗਾ ਜੋ ਵੀ ਹੈ ਟਾਈਮ ਲਿਆ ਦੇਖਦੇ ਆ ਇੱਕ ਮੇਰਾ ਆਖਰੀ ਸਵਾਲ ਆ ਪੰਜਾਬ ਆਪਸ ਦੇ ਵਿੱਚ ਭਾਈਚਾਰਕ ਸਾਂਝ ਰੱਖਣ ਵਾਲਾ ਸੂਬਾ ਅਕੂ ਮੰਦਾ ਤਾਂ ਪੰਜਾਬ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਸਾਰੇ ਧਰਮਾਂ ਦੇ ਲੋਕ ਜਿਹੜੇ ਕਿ ਮਿਲ ਕੇ ਰਹਿੰਦੇ ਨੇ ਪਰ ਕੀ ਲੱਗਦਾ ਕਿ ਹੁਣ ਜਿਹੜੀਆਂ ਇਹ ਜਿਹੀਆਂ ਤਾਕਤਾਂ ਨੇ ਇਹਨਾਂ ਦੇ ਪਿੱਛੇ ਕਿਸੇ ਦਾ ਹੱਥ ਵੀ ਹੋ ਸਕਦਾ ਕਿਉਂਕਿ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਪਿਛਲੇ ਦਿਨੀ ਦੇਖਣ ਨੂੰ ਮਿਲਿਆ ਦੇਖੋ ਇਹਦੇ ਵਿੱਚ ਹੁਣ ਆਪਾਂ ਐਦਾਂ ਕਿਸੇ ਦਾ ਵੀ ਨਾਮ ਨਹੀਂ ਲੈ ਸਕਦੇ ਵੀ ਕਿਸੇ ਦਾ ਵੀ ਹੱਥ ਹੋ ਸਕਦਾ ਜਾਂ ਨਹੀਂ ਹੋ ਸਕਦਾ ਹੈਨਾ ਕਿਉਂਕਿ ਪਰਵਾਨਾ ਜੀ ਦਾ ਹਰ ਇੱਕ ਜਾਤੀ ਨਾਲ ਬਹੁਤ ਪਿਆਰ ਹੈ ਜੇ ਮੈਂ ਕਹਾਂ ਵੀ ਉਹਨਾਂ ਦਾ ਕਿਸੇ ਜਾਤੀ ਨਾਲ ਪਿਆਰ ਨਹੀਂ ਸੀ ਹੈ ਵੀ ਤਾਂ ਉਹ ਐਦਾਂ ਕਰ ਸਕਦੇ ਨੇ ਪਰ ਉਹ ਕਦੇ ਵੀ ਐਦਾਂ ਦੀ ਗੱਲ ਨੂੰ ਨਹੀਂ ਸੋਚ ਸਕਦੇ ਉਹਨਾਂ ਦੀ ਵਾਈਫ ਹੋਣ ਦੇ ਨਾਤੇ ਮੈਂ ਇੰਨਾ ਕੋ ਉਹਨਾਂ ਨੂੰ ਸਮਝਦੀ ਆ ਵੀ ਉਹ ਹਰ ਇੱਕ ਜਾਤ ਦਾ ਸਤਿਕਾਰ ਕਰਦੇ ਨੇ ਜੋ ਭਾਵੇਂ ਮੁਸਲਿਮ ਹੋਣ ਹਿੰਦੂ ਹੋਣ ਸਾਰਿਆਂ ਦਾ ਸਤਿਕਾਰ ਕਰਦੇ ਨੇ ਜੀ ਤੋਂ ਬਗੈਰ ਕਿਸੇ ਨੂੰ ਬੋਲਦੇ ਨਹੀਂ ਹੈ ਤੁਹਾਡਾ ਨਾਲ ਆਖਰੀ ਗੱਲਬਾਤ ਕਦੋਂ ਹੁੰਦੀ ਹੈ ਜਾਂ ਕਦੋਂ ਮਿਲ ਹੁੰਦਾ ਉਹਨਾਂ ਨਾਲ ਪਰਵਾਨਾ ਜੀ ਨਾਲ ਜਿਸ ਦਿਨ ਉਹ ਪ੍ਰੋਗਰਾਮ ਲਈ ਗਏ ਸੀ ਕੌਣ ਬਣੇਗਾ ਪਿਆਰੇ ਦਾ ਪਿਆਰਾ ਉਸ ਦਿਨ ਹੀ ਮੇਰੀ ਇਹ ਗਲਤ ਹੋਈ ਉਹਨਾਂ ਨਾਲ ਫੋਨ ਤੇ ਬਸ ਉਸ ਤੋਂ ਬਾਅਦ ਤਾਂ ਹੋਈ ਨਹੀਂ ਹੈਗੀ ਉਥੋਂ ਹੀ ਉਹ ਬਾਰੋ-ਬਾਰ ਇਸ ਗੁਰਦੁਆਰਾ ਸਾਹਿਬ ਪਰਕਰਮਾ ਚ ਪਹੁੰਚੇ ਨੇ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟਿਓ ਵੀ ਲੱਗਦਾ ਨਹੀਂ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇਗਾ ਅਰੈਸਟ ਕੀਤਾ ਕਿਉਂਕਿ ਸਿਲੰਡਰ ਤੁਸੀਂ ਕਹਿ ਰਹੇ ਹੋ ਤੁਹਾਨੂੰ ਕਿਵੇਂ ਲੱਗਦਾ ਕਿ ਉਹਨਾਂ ਨੇ ਸਿਲੰਡਰ ਕੀਤੇ ਕਿ ਪੁਲਿਸ ਤਾਂ ਇਹੀ ਕਹਿ ਰਹੀ ਅਸੀਂ ਉਹਨੂੰ ਮੁਹਾਲੀ ਤੋਂ ਅਰੈਸਟ ਕੀਤਾ ਦੇਖੋ ਅਰੈਸਟ ਇਦਾਂ ਸੀਗਾ ਬੀਜੇ ਮੈਂ ਕਮਾਂ ਵੀ ਉਹ ਚਾਹੁੰਦੇ ਹੁੰਦੇ ਵੀ ਮੈਂ ਮਾਹੌਲ ਨੂੰ ਖਰਾਬ ਕਰਾਂ ਹੈਨਾ ਉਹ ਆਪ ਹੀ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਤੰਗੀ ਹੋਵੇ ਇਸ ਕਰਕੇ ਮਾਹੌਲ ਨਾ ਖਰਾਬ ਹੋਣ ਕਰਕੇ ਮੈਨੂੰ ਲੱਗਦਾ ਵੀ ਉਹ ਇਦਾਂ ਹੀ ਚਾਹਣਗੇ ਕਿ ਮੈਂ ਆਪ ਸਿਲੰਡਰ ਕਰਾਂ ਕਿਉਂ ਉਹਨਾਂ ਨੇ ਆਪ ਹੀ ਸਿਲੰਡਰ ਕੀਤਾ ਹੈ ਤੁਸੀਂ ਉਹਨੂੰ ਕਿੱਥੇ ਤੱਕ ਪੇਰਵਾਹੀ ਕਰ ਤੱਕ ਕਿ ਕਿੱਥੇ ਤੱਕ ਪੇਰਵਾਹੀ ਕਰੋਗੇ ਕਿੱਥੇ ਤੱਕ ਜਨਨ ਕਿ ਤੁਹਾਡੇ ਵਲੋਗ ਲਈ ਕੀ ਪੇਰਵਾਹੀ ਤੁਹਾਡੀ ਹੁੰਦੀ ਹੈ ਜਿੱਥੋਂ ਤੱਕ ਮੈਨੂੰ ਇਨਸਾਫ ਨਹੀਂ ਮਿਲੇਗਾ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਪਰ ਮੈਂ ਜਿੱਥੋਂ ਤੱਕ ਮੈਨੂੰ ਇਨਸਾਫ ਨਹੀਂ ਮਿਲੇਗਾ ਮੈਂ ਉੱਥੇ ਤੱਕ ਜਿੱਥੇ ਤੱਕ ਜਾਣਾ ਪਿਆ ਮੈਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਨਾ ਇਨਸਾਫੀ ਹੋਈ ਹੈ ਇਨਸਾਫ ਨਹੀਂ ਹੋਇਆ ਬਿਲਕੁਲ ਬੇਇਨਸਾਫੀ ਹੀ ਹੈ ਜੋ ਅੱਜ ਪੇਸ਼ ਕਰਕੇ ਕੋਰਟ ਦੇ ਵਿੱਚ ਤੇ ਨਾਲ ਦੀ ਨਾਲ ਹੀ ਇਹ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਕਿ ਉਹ ਮਾਸਟਰਮਾਈਂਡ ਨੇ ਇਸ ਚੀਜ਼ ਨੂੰ ਬੇਇਨਸਾਫੀ ਹੀ ਕਹਾਂਗੀ ਮੈਂ ਵੀ ਸਾਡੇ ਨਾਲ ਬੇਇਨਸਾਫੀ ਹੈ ਧੰਨਵਾਦ ਸੋ ਬਿਲਕੁਲ ਇਹ ਸਨ ਭਾਈ ਬਲਜਿੰਦਰ ਸਿੰਘ ਪਰਵਾਨਾ ਜਿਹਦੇ ਧਰਮ ਪਤਨੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਭਾਈ ਬਲਜਿੰਦਰ ਸਿੰਘ ਪਰਵਾਨਾ ਵੱਲੋਂ ਉਹਨਾਂ ਨੂੰ ਪੁਲਿਸ ਨੇ ਰੈਸਟ ਨਹੀਂ ਕੀਤਾ ਬਲਕਿ ਉਹ ਜਿਹੜੇ ਕਿ ਆਪ ਨੇ ਉਹ ਸਿਲੰਡਰ ਹੋਏ ਨਹੀਂ ਕਿਉਂਕਿ ਉਹਨਾਂ ਵੱਲੋਂ ਉਹਨਾਂ ਨਾਲ ਤਕਰੀਬਨ ਗੱਲਬਾਤ ਹੋਈ ਹੈ ਉਹਨਾਂ ਨੂੰ ਕਿਹਾ ਕਿ ਉਹਨਾਂ ਵੱਲੋਂ ਨਹੀਂ ਸੋਚਿਆ ਜਾਂਦਾ ਸੀ ਕਿ ਜਿਹੜਾ ਮਾਹੌਲ ਆ ਉਹ ਖਰਾਬ ਕੀਤਾ ਜਾਵੇ ਇਸ ਕਰਕੇ ਬਲਜਿੰਦਰ ਸਿੰਘ ਪਰਵਾਨਾ ਦੇ ਵੱਲੋਂ ਖੁਦ ਹੈ ਜਿਹੜੀ ਗ੍ਰਿਫਤਾਰੀ ਕੀਤੀ ਗਈ ਔਰ ਦੂਜੇ ਪਾਸੇ ਵੱਡੇ ਸਵਾਲ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਕਿਹਾ ਜਾ ਰਿਹਾ ਕਿ ਜੱਕ ਦਾਮ ਉਹਨਾਂ ਦੀ ਜਦੋਂ ਰੈਸਟ ਪੈ ਜਾਂਦੀ ਦੇ ਵੱਲੋਂ ਉਹਨਾਂ ਨੂੰ ਟਾਈਮ ਤੱਕ ਨਹੀਂ ਦਿੱਤਾ ਜਾਂਦਾ ਆਪਣਾ ਪੱਖ ਰੱਖਣ ਦੇ ਲਈ ਤਾਂ ਹੁਣ ਉਹਨਾਂ ਦੇ ਵੱਲੋਂ ਜਿਨ੍ਹਾਂ ਨੇ ਪਿਛਲੀ ਵਾਰ ਉਹਨਾਂ ਦਾ ਕੇਸ ਲੜਿਆ ਸੀ ਐਡਵੋਕੇਟ ਘੁੰਮਨ ਬਰਦਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਤਾਂ ਉਹਨਾਂ ਦੇ ਵਿੱਚ ਵੀ ਤਾਂ ਹੁਣ ਦੇਖਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਧਰਮਪਤਨੀ ਜਿਹੜੀ ਕਿ ਲੜਾਈ ਲੜਦੇ ਨੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਤੇ ਸਰਕਾਰ ਦੇ ਵੱਲੋਂ ਜਿਹੜੇ ਕੀ ਰੋਲ ਹੈ ਜਿਹੜਾ ਕਿ ਦੇਖਿਆ ਜਾਵੇਗਾ ਕੈਮਰਾ ਪਰਸਨ ਰੋਹੀ ਦੇ ਨਾਲ ਹਿੰਮਤ ਸਿੰਘ ਦੀਪਾਲ ਡੈਨਿਕਸ ਵਿਰਾ ਰਾਜਪੁਰਾ 올 ਵਾਰਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक ਮੁਹੰਮਦ ਪੰਡਿਤ ਮੌਲ

ਸਮੱਸਿਆ ਦਾ ਹੱਲ ਕਰ ਬੈਠੇ ਫੋਨ ਤੇ ਮਾਈ ਪ੍ਰੋਮਿਸ 100% ਰਿਜ਼ਲਟ ਲਵ ਮੈਜ ਸੰਕਰ ਦੁਸ਼ਮਨ ਤੋਂ ਛੁਟਕਾਰਾ ਪਤੀ ਪਤਨੀ ਚ ਕਲੇਸ਼ ਕੀਤਾ ਕਰਾਇਆ ਵਿਦੇਸ਼ ਯਾਤਰਾ ਨੌਕਰੀ ਕਾਰੋਬਾਰ ਚ ਪਰੇਸ਼ਾਨੀ ਕੋਰਟ ਕੇਸ ਰੁੱਸੇ ਨੂੰ ਮਨਾਉਣਾ ਹੋਵੇ ਤਾਂ ਹੁਣੇ ਫੋਨ ਕਮਾਓ 101% ਪੱਕਾ ਸਮਾਧਾਨ ਪਾਓ ਮਾਲ ਵਸ਼ੀਕਰਨ ਤੇ ਮਾਂ ਮੁਟਕਣ ਦੇ ਸੁਪਰ ਸਪੈਸ਼ਲਿਸਟ ਗੁਰੂ ਸ਼ਾਨ ਜੀ ਬੰਗਾਲੀ 9958635478